ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਪਵਿੱਤਰ ਬਾਣੀ ਪੜ੍ਹੋ ਅਤੇ ਬਾਣੀ ਦਾ ਇੱਕ ਬਚਨ ਆਉਂਦਾ, ਅੰਧਾ ਆਗੂ ਜੇ ਥੀਏ ਕਿਉਂ ਪਾਂਧਰ ਜਾਣਾ। ਜੇ ਆਗੂ ਹੀ ਕਿਧਰੇ ਅੰਧਾ ਹੋਵੇਗਾ ਅਤੇ ਉਸ ਦੇ ਪਿੱਛੇ ਜਿਹੜੇ ਤੁਰਨ ਵਾਲੇ ਨੇ ਉਹ ਕਦੀ ਰਸਤਾ ਸਹੀ ਨਹੀਂ ਅਪਣਾ ਸਕਣਗੇ। ਗੁਰੂ ਗੋਬਿੰਦ ਸਿੰਘ ਪਿਤਾ ਸਿੰਘ ਹੈ, ਗੁਰੂ ਗੋਬਿੰਦ ਸਿੰਘ ਸਤਿਗੁਰੂ ਗੁਰੂ ਹੈ, ਗੁਰੂ ਗੋਬਿੰਦ ਸਿੰਘ ਨੇ ਕੌਮ ਦੀ ਅਗਵਾਈ ਕਰਨੀ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਇੱਕ ਜਵਾਬ ਦਿੱਤਾ ਹੈ। ਮੇਰੇ ਮਾਲਕ ਨੇ ਆਖਿਆ, ਨਹੀਂ ਇਹ ਸੁਲਾ ਸਮਝੌਤੇ ਨਹੀਂ ਹੋ ਸਕਦੇ। ਹੁਣ ਜਦੋਂ ਤੱਕ ਗੋਬਿੰਦ ਸਿੰਘ ਦੇ ਸਰੀਰ ਦੇ ਵਿੱਚ ਇੱਕ ਇੱਕ ਖੂਨ ਦਾ ਕਤਰਾ ਕੰਮ ਕਰਦਾ ਹੈ, ਉਦੋਂ ਤੱਕ ਗੁਰੂ ਗੋਬਿੰਦ ਸਿੰਘ ਜ਼ੁਲਮ ਦੇ ਵਿਰੁੱਧ, ਅਨਿਆਂ ਦੇ ਵਿਰੁੱਧ, ਧੱਕੇਸ਼ਾਹੀ ਦੇ ਵਿਰੁੱਧ ਇਹ ਧਰਤੀ ਉੱਤੇ ਲੜਦਾ ਰਹੇਗਾ। ਔਰ ਇਸ ਪ੍ਰਕਾਰ ਦੇ ਪੂਰਨੇ ਆਪਣੇ ਪਿੱਛੇ ਤੁਰਨ ਵਾਲਿਆਂ ਵਿੱਚ ਪਾ ਕੇ ਜਾਵਾਂਗਾ ਕਿ ਜਿਹੜੇ ਲੋਕ ਜਾਨ ਦੀਆਂ ਬਾਜ਼ਾਂ ਲਾਉਣ ਵਾਸਤੇ ਹਰ ਵਕਤ ਮੇਰੇ ਸਿੱਖ ਤਿਆਰ ਰਿਹਾ ਕਰਨਗੇ। ਇਹ ਗੁਰੂ ਗੋਬਿੰਦ ਸਿੰਘ ਪਿਤਾ ਦੇ ਆਪ ਨੂੰ ਅਰਜ ਕਰਾਂ ਪਾਏ ਹੋਏ ਪੂਰਨੇ ਹੀ ਨੇ, ਇਹ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਸਿੱਖਿਆ ਹੀ ਹੈ ਜਿਹੜਾ ਸਿੱਖ ਅੱਜ ਇੱਕਦਮ ਸ਼ਹੀਦ ਹੋਣ ਵਾਸਤੇ ਅੱਗੇ ਆ ਜਾਂਦਾ। ਯਾਦ ਰੱਖਿਓ, ਕੁਝ ਬੇਨਤੀਆਂ ਸਮਝਣਾ, ਅੱਗੇ ਜਾ ਕੇ ਮੈਂ ਅਰਜ ਕਰਨੀ ਹੈ। ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹਨਾਂ ਦੀ ਕੁਝ ਵਿਚਾਰ ਹੋਈ। ਗੁਰੂ ਗੋਬਿੰਦ ਸਿੰਘ ਨੇ ਕਿਹਾ, ਇਹ ਸਮਝੌਤਾ ਨਹੀਂ ਹੋ ਸਕਦਾ। ਇਹ ਕਹਿਣ ਲੱਗੇ, ਜੀ ਸਿੱਖੀ ਨਿਭਾਉਣੀ ਔਖੀ ਹੈ। ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੁਹਾਡੀ ਮਰਜ਼ੀ, ਜੇ ਸਿੱਖੀ ਨਹੀਂ ਨਿਭਦੀ ਤਾਂ ਸਿੱਖੀ ਛੱਡ ਦਿਓ। ਤੁਹਾਨੂੰ ਕਿਸ ਨੇ ਆਖਿਆ ਕਿ ਧੱਕੇ ਨਾਲ ਸਿੱਖੀ ਨਿਭਾਓ? ਮੈਨੂੰ ਕਮਜ਼ੋਰ ਦਿਲ ਦੇ ਸਿੱਖ ਨਹੀਂ ਚਾਹੀਦੇ, ਮੈਨੂੰ ਆਪਣੇ ਸਿਧਾਂਤਾਂ ਤੋਂ ਡੋਲ ਜਾਣ ਵਾਲੇ ਸਿੱਖ ਨਹੀਂ ਚਾਹੀਦੇ, ਮੈਨੂੰ ਸਮੇਂ ਦੇ ਨਾਲ ਸਮਝੌਤਾ ਕਰ ਲੈਣ ਵਾਲੇ ਸਿੱਖ ਨਹੀਂ ਚਾਹੀਦੇ। ਸ਼੍ਰੀ ਗੁਰੂ ਗੋਬਿੰਦ ਸਿੰਘ ਪਿਤਾ ਦੀਆਂ ਐਸੀਆਂ ਗੱਲਾਂ ਸੁਣ ਕੇ ਹੁਣ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ, ਜੀ ਫਿਰ ਸਤਿਗੁਰੂ ਅਸੀਂ ਸਿੱਖੀ ਨੂੰ ਤਿਆਗਣਾ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਨੇ ਕਿਹਾ, ਤੁਹਾਡੀ ਮਰਜ਼ੀ। ਵਿਦਵਾਨ ਕਹਿੰਦੇ, ਉੱਥੇ ਗੁਰੂ ਗੋਬਿੰਦ ਸਿੰਘ ਦਾ ਨਿਸ਼ਾਨਚੀ ਸਿੰਘ ਸੀ, ਉਹਦਾ ਨਾਮ ਸੀ ਭਾਈ ਮਾਨ ਸਿੰਘ। ਭਾਈ ਮਾਨ ਸਿੰਘ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ, ਫਿਰ ਕਾਗਜ਼ ਕੱਢ। ਕਾਗਜ਼ ਕੱਢਿਆ ਗਿਆ, ਉਹਦੇ ਉੱਤੇ ਸਤਿਗੁਰੂ ਨੇ ਕਿਹਾ, ਲਿਖ ਕੇ ਦੇ ਜਾਓ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ। ਗੁਰੂ ਗੋਬਿੰਦ ਸਿੰਘ ਪਿਤਾ ਨੇ ਇਹ ਬਾਤਾਂ ਲਿਖਵਾਈਆਂ। ਲਿਖਣ ਤੋਂ ਬਾਅਦ ਇੱਥੇ ਇੱਕ ਬੇਨਤੀ ਫਿਰ ਮੈਂ ਅਰਜ਼ ਕਰਾਂ, ਪੇਸ਼ੈਂਸ ਨਾਲ ਸੁਣਨਾ, ਵਿਦ ਪੇਸ਼ੈਂਸ ਸੁਣਿਓ ਤਾਂ ਕਿ ਸਾਨੂੰ ਗੱਲ ਸਮਝ ਆਵੇ। ਧਿਆਨ ਨਾਲ ਕੁਝ ਬੇਨਤੀਆਂ ਔਰ ਵਿਚਾਰੋਗੇ ਤਾਂ ਸਮਝ ਆਵੇਗੀ। ਅੱਜ ਤੱਕ ਇਹ ਆਖਿਆ ਜਾਂਦਾ ਕਿ ਵਿਦਾਵਾ ਗੁਰੂ ਗੋਬਿੰਦ ਸਿੰਘ ਦੇ ਕੋਲ ਸੀ, ਪਰ ਜੇ ਥੋੜ੍ਹਾ ਗਹਿਰਾਈ ਨਾਲ ਜਾਓ ਨਾ ਤਾਂ ਵਿਦਾਵਾ ਇਹਨਾਂ ਸਿੱਖਾਂ ਦੇ ਕੋਲ ਸੀ। ਉਹਦਾ ਕਾਰਨ ਪਤਾ ਕੀ ਸੀ? ਕਿਉਂਕਿ ਇਹ ਸਿੱਖ ਕਹਿੰਦੇ ਪਏ ਸਨ, ਜੀ ਸਾਨੂੰ ਸਰਕਾਰ ਤੰਗ ਕਰਦੀ ਏ, ਅਤੇ ਉਹਦਾ ਮਤਲਬ ਇਹ ਸੀ ਕਿ ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ। ਅਤੇ ਉਹਦੇ ਉੱਤੇ ਸੈਨ ਕਰਾ ਕੇ ਅਤੇ ਇਹ ਕਾਗਜ਼ ਆਪਣੇ ਨਾਲ ਲੈ ਜਾਣਗੇ। ਜਦੋਂ ਵੀ ਹੁਣ ਇਹਨਾਂ ਨੂੰ ਕੋਈ ਤੰਗ ਕਰੇਗਾ, ਇਹ ਅੱਗੇ ਕਾਗਜ਼ ਕੱਢ ਕੇ ਵਿਖਾ ਦੇਣਗੇ, ਦੇਖੋ ਜੀ ਇਹ ਸਾਡੇ ਕੋਲ ਤਾਂ ਕਾਗਜ਼ ਹੈ, ਇਸ 'ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਰਹੇ। ਉਹ ਇੱਕ ਸਬੂਤ ਇਹਨਾਂ ਨੇ ਆਪਣੇ ਵੱਲੋਂ ਧੰਨ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਲੈ ਲਿਆ ਕਿ ਅਸੀਂ ਜਿੱਥੇ ਜਾਈਏ ਸਰਕਾਰ ਨੂੰ ਕੱਢ ਕੇ ਕਾਗਜ਼ ਵਿਖਾਵਾਂਗੇ, ਜੀ ਅਸੀਂ ਉਹਨਾਂ ਦੇ ਸਿੱਖ ਨਹੀਂ ਰਹੇ। ਅਤੇ ਉਹ ਇੱਕ ਤਰ੍ਹਾਂ ਉਹ ਇੱਕ ਸਬੂਤ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਕੋਈ ਗੱਲ ਨਹੀਂ, ਤੁਹਾਡੀ ਮਰਜ਼ੀ। ਹੁਣ ਇੱਥੇ ਗੱਲ ਸਮਾਪਤ ਹੋ ਗਈ। ਜਦੋਂ ਗੱਲ ਸਮਾਪਤ ਹੋਈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਤੁਰ ਪਏ। ਇੰਨੀ ਦੇਰ ਨੂੰ ਕਹਿੰਦੇ ਸਤਿਗੁਰੂ ਤੁਰਨ ਲੱਗੇ ਨੇ, ਇੱਕ ਸੂਹੀਏ ਨੇ ਆਣ ਕੇ ਖਬਰ ਦਿੱਤੀ, ਮਹਾਰਾਜ ਜੀ ਪਿੱਛੇ ਆਪ ਜੀ ਦੇ ਫੌਜ ਆ ਗਈ ਹੈ ਚੜ੍ਹ ਕੇ, ਸਤਿਗੁਰੂ ਵਜ਼ੀਰ ਖਾਨ ਫੌਜ ਲੈ ਕੇ ਆ ਗਿਆ। ਗੁਰੂ ਗੋਬਿੰਦ ਸਿੰਘ ਜ਼ਿਆਦਾ ਗੱਲ ਨਾ ਕਰ ਸਕੇ ਅਤੇ ਮਾਲਕ ਜੀ ਆਪਣੇ ਸਿੱਖਾਂ ਦੇ ਨਾਲ ਸਤਿਗੁਰੂ ਅੱਗੇ ਨੂੰ ਤੁਰ ਪਏ। ਹੁਣ ਜਦੋਂ ਸਤਿਗੁਰੂ ਅੱਗੇ ਨੂੰ ਤੁਰੇ ਅਤੇ ਵਿੱਚ ਕਈ ਐਸੇ ਸਿੱਖ ਸਨ ਜਿਨ੍ਹਾਂ ਨੇ ਮਨ 'ਚ ਖਿਆਲ ਕੀਤਾ, ਮਨਾ ਅਸੀਂ ਤਾਂ ਆਏ ਸਾਂ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਲੈਣ। ਹੁਣ ਬੇਨਤੀ ਧਿਆਨ ਨਾਲ ਸਮਝਿਓ, ਅਸੀਂ ਆਏ ਸੀ ਸਤਿਗੁਰ ਦੀ ਖੁਸ਼ੀ ਲੈਣ, ਅਸੀਂ ਤਾਂ ਆਏ ਸੀ ਗੁਰੂ ਦੀਆਂ ਵਡਿਆਈਆਂ ਲੈਣ। ਅਸੀਂ ਕੀ ਘਰ ਬੈਠੇ ਖੁਸ਼ੀ ਲੈਣ ਦੀ ਬਜਾਏ ਅਸੀਂ ਤਾਂ ਗੁਰੂ ਨੂੰ ਹੋਰ ਨਾਰਾਜ਼ ਕਰ ਬੈਠੇ। ਅਸੀਂ ਗੁਰੂ ਦੀ ਵਡਿਆਈ ਲੈਣ ਦੀ ਬਜਾਏ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸਤਿਗੁਰੂ ਦਤਾਰ ਉਹਨਾਂ ਦੀ ਵਡਿਆਈ ਕੀ ਲੈਣੀ, ਬਲਕਿ ਉਹਨਾਂ 'ਤੇ ਵਿਦਾ ਵੀ ਇਹ ਸਿੱਖ ਬਣ ਗਏ, ਸਾਡਾ ਕਿੱਥੇ ਪਾਰ ਉਤਾਰਾ ਹੋਣਾ। ਚੇਤੇ ਰੱਖਿਓ, ਸਿੱਖ ਦੀ ਨਿਸ਼ਾਨੀ ਇਹ ਵੇ, ਉਹ ਕਹਿੰਦਾ ਕੋਈ ਵੀ ਰੁੱਸ ਜਾਏ ਮੈਨੂੰ ਫਰਕ ਨਹੀਂ ਪੈਂਦਾ, ਬਸ ਮੇਰਾ ਗੁਰੂ ਗੋਬਿੰਦ ਸਿੰਘ ਰੁੱਸੇ ਮੈਨੂੰ ਉਦੋਂ ਫਰਕ ਪੈਂਦਾ। ਇਹ ਨਿਸ਼ਾਨੀ ਹੈ ਸਿੱਖ ਦੀ। ਉਹ ਕਹਿੰਦਾ ਜਿਸ ਦਿਨ ਮੇਰਾ ਸਤਿਗੁਰੂ ਨਾਰਾਜ਼ ਹੁੰਦਾ,
ਮੈਨੂੰ ਉਦੋਂ ਫਰਕ ਪੈ ਜਾਂਦਾ। ਸਿੱਖ ਨੂੰ ਨਹੀਂ ਫਰਕ ਪੈਂਦਾ ਉਹਦਾ ਪੁੱਤਰ ਨਾਰਾਜ਼ ਹੋਵੇ, ਸਿੱਖ ਦੀ ਨਿਸ਼ਾਨੀ ਕਹਿ ਰਿਹਾ। ਸਿੱਖ ਨੂੰ ਫਰਕ ਨਹੀਂ ਪੈਂਦਾ ਉਹਦੇ ਕਿਧਰੇ ਕੋਈ ਭਰਾ ਨਾਰਾਜ਼ ਹੋ ਜਾਏ, ਸਿੱਖ ਨੂੰ ਫਰਕ ਨਹੀਂ ਪੈਂਦਾ ਉਹਦਾ ਕੋਈ ਰਿਸ਼ਤੇਦਾਰ ਨਾਰਾਜ਼ ਹੋਏ। ਉਹ ਕਹਿੰਦਾ ਸਾਰੇ ਨਾਰਾਜ਼ ਹੋ ਜਾਓ ਤਾਂ ਹੋ ਜਾਣਾ, ਪਰ ਮੈਂ ਆਪਣਾ ਗੁਰੂ ਨਾਰਾਜ਼ ਨਹੀਂ ਕਰਨਾ। ਕੋਈ ਵੀ ਕਾਰਨ ਬਣੇ, ਮੇਰਾ ਸਤਿਗੁਰੂ ਨਾਰਾਜ਼ ਨਹੀਂ ਹੋਣਾ ਚਾਹੀਦਾ। ਇਸ ਕਰਕੇ ਜਿੰਨੀ ਵੀ ਉਹ ਜ਼ਿੰਦਗੀ ਜੀਂਦਾ ਸਿੱਖ, ਉਹ ਆਪਣੇ ਗੁਰੂ ਦੀ ਵਡਿਆਈ ਵਾਸਤੇ, ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ, ਆਪਣੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਜੀਂਦਾ। ਹੁਣ ਕਦੀ ਮਨ 'ਚ ਨਜ਼ਰ ਮਾਰ ਕੇ ਦੇਖਿਓ ਸਾਡੀ ਭਾਵਨਾ ਕੀ ਹੈ। ਅਸੀਂ ਕਿਧਰੇ ਆਪਣੇ ਕੁੜਮਾਂ ਨੂੰ ਖੁਸ਼ ਰੱਖਣਾ ਚਾਹੁੰਦੇ ਹਾਂ, ਅਸੀਂ ਕਿਧਰੇ ਭਰਾਵਾਂ ਨੂੰ ਖੁਸ਼ ਰੱਖਣਾ ਚਾਹੁੰਦੇ ਹਾਂ, ਜਾਂ ਅਸੀਂ ਕਿਸੇ ਹੋਰ ਲੋਕਾਂ ਨੂੰ ਖੁਸ਼ ਰੱਖਣਾ ਚਾਹੁੰਦੇ ਹਾਂ, ਜਾਂ ਫਿਰ ਮੇਰੇ ਸਤਿਗੁਰ ਨੂੰ ਖੁਸ਼ ਰੱਖਣਾ ਚਾਹੁੰਦੇ ਹਾਂ। ਕਿਹਦੀ ਖੁਸ਼ੀ ਅਸੀਂ ਆਪਣੇ ਮਨ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ? ਗੁਰੂ ਕਹਿੰਦਾ ਸਿੱਖ ਨੇ ਸ਼ਰਾਬ ਨਹੀਂ ਪੀਣੀ, ਗੁਰੂ ਕਹਿੰਦਾ ਸਿੱਖ ਦੇ ਘਰਾਂ 'ਚ ਸ਼ਰਾਬ ਨਹੀਂ ਹੋਣੀ ਚਾਹੀਦੀ, ਅਤੇ ਕਹਿੰਦਾ ਜੀ ਦੇਖੋ ਜੀ ਸ਼ਰਾਬ ਨਾ ਪਿਆਈ ਤਾਂ ਕੁੜਮ ਨਾਰਾਜ਼ ਹੋ ਜਾਣਗੇ, ਜੇ ਸ਼ਰਾਬ ਨਾ ਪਿਆਈ ਤਾਂ ਫਲਾਣਾ ਰਿਸ਼ਤੇਦਾਰ ਨਾਰਾਜ਼ ਹੋ ਜਾਂਦਾ। ਇਹਦਾ ਮਤਲਬ ਤੈਨੂੰ ਰਿਸ਼ਤੇਦਾਰਾਂ ਦੀ ਚਿੰਤਾ ਹੈ, ਤੈਨੂੰ ਆਪਣੇ ਗੁਰੂ ਦੀ ਚਿੰਤਾ ਕੋਈ ਨਹੀਂ। ਇਹਦਾ ਮਤਲਬ ਤੈਨੂੰ ਲੋਕਾਂ ਦੀ ਚਿੰਤਾ ਹੈ, ਤੈਨੂੰ ਆਪਣੇ ਸਤਿਗੁਰ ਦੀ ਚਿੰਤਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦਾ ਬਚਨ ਪੜ੍ਹ ਕੇ ਦੇਖੋ, ਕਹਿੰਦੇ ਜਿਸ ਪਿਆਰੇ ਸਿਉਨੇ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ। ਜਿਸ ਪਿਆਰੇ ਦੇ ਨਾਲ ਨੇ ਹੁੰਦਾ ਹੈ ਨਾ, ਉਹਦੇ ਅੱਗੇ ਮਰ ਮਰ ਕੇ ਚੱਲਿਆ ਜਾਂਦਾ। ਇਹਦੇ ਵੀ ਅਰਥ ਸਮਝਿਓ। ਸਾਨੂੰ ਕਈ ਵਾਰੀ ਬਾਣੀ ਦੇ ਕਈ ਅਰਥ ਬੜੇ ਤਰੀਕਿਆਂ ਨਾਲ ਕਰਕੇ ਸਾਡੀ ਝੋਲੀ ਵਿੱਚ ਪਾਏ ਗਏ। ਇਹਦੇ ਅਰਥ ਇਹ ਨੇ ਕਿ ਜਿਹਦੇ ਨਾਲ ਪਿਆਰ ਹੋਵੇ, ਜੇ ਗੁਰੂ ਦੇ ਨਾਲ ਪਿਆਰ ਹੈ ਤਾਂ ਆਪਣੇ ਮਨ ਨੂੰ ਮਾਰ ਕੇ ਆਪਣੇ ਗੁਰੂ ਦੇ ਅੱਗੇ ਅੱਗੇ ਚੱਲੋ, ਭਾਵ ਜਿਵੇਂ ਗੁਰੂ ਆਖਦਾ ਉਵੇਂ ਕੀਤਾ ਜਾਵੇ। ਇਹ ਭਾਈ ਮਹਾਂ ਸਿੰਘ ਜਿਹੜਾ, ਭਾਈ ਰਾਏ ਸਿੰਘ ਜਿਹੜਾ, ਹੋਰ ਅਨੇਕਾਂ ਗੁਰੂ ਕੇ ਸਿੱਖ, ਅਤੇ ਸਭ ਤੋਂ ਵੱਡਾ ਯੋਗਦਾਨ ਰਿਹਾ ਇੱਥੇ ਬੀਬੀ ਭਾਗੋ ਦਾ। ਮੇਰੀਆਂ ਭੈਣਾਂ ਬੈਠੀਆਂ ਸੁਣਦੀਆਂ ਨੇ, ਕਦਰੇ ਵਿਚਾਰ ਕਰਕੇ ਵੇਖਿਓ, ਅੱਜ ਕੋਈ ਬੀਬੀ ਭਾਗੋ ਬਣਦੀ ਪਈ ਹੈ? ਘਰ ਦੇ ਵਿੱਚ ਪੁੱਤਰ ਕੇਸ ਕਤਲ ਕਰਾ ਕੇ ਆਵੇ, ਅਤੇ ਕਿਧਰੇ ਕੋਈ ਅੱਜ ਮੇਰੀ ਭੈਣ ਕੋਈ ਮਾਤਾ ਭਾਗੋ ਬਣਨ ਨੂੰ ਤਿਆਰ ਹੈ? ਅੱਜ ਕਿਧਰੇ ਘਰ ਦੇ ਕੋਈ ਧੀ ਪੁੱਤਰ ਸ਼ਰਾਬ ਪੀ ਕੇ ਘਰ ਵੜਦਾ, ਅਤੇ ਕਿਧਰੇ ਸਾਡੇ ਘਰ ਦੇ ਵਿੱਚ ਕੋਈ ਬੀਬੀ ਭਾਗੋ ਬਣਨ ਨੂੰ ਤਿਆਰ ਹੈ? ਕਿਧਰੇ ਪਤੀ ਗਲਤ ਪਾਸੇ ਜਾਂਦਾ ਹੈ, ਅਤੇ ਕਿਧਰੇ ਕੋਈ ਬੀਬੀ ਬੀਬੀ ਭਾਗੋ ਵਾਂਗੂ ਬਣ ਕੇ ਰਾਜ਼ੀ ਹੈ? ਉਹ ਬੀਬੀ ਭਾਗੋ ਸੀ ਸਾਡੇ ਵਾਸਤੇ ਸਿਧਾਂਤ ਸਨ, ਸਾਡੇ ਵਾਸਤੇ ਇੱਕ ਫਲਸਫਾ ਸੀ, ਸਾਡੇ ਵਾਸਤੇ ਇੱਕ ਪੂਰਨੇ ਪਾਏ ਗਏ ਸਨ। ਉਹ ਪੂਰਨੇ ਇਹ ਸੀ ਕਿ ਇਕੱਲਾ ਸਿੱਖ ਹੀ ਨਹੀਂ, ਸਿੱਖ ਦੇ ਨਾਲ ਸਿੱਖਣੀ ਵੀ ਆਪਣੇ ਸਿਧਾਂਤਾਂ ਦੇ ਉੱਪਰ ਪੂਰੀ ਰਹੇ। ਜਦੋਂ ਕਿਧਰੇ ਕੁਛ ਘਰ ਪਰਿਵਾਰ ਵਿੱਚ ਗਲਤ ਹੋਣ ਲੱਗੇ ਤਾਂ ਉਹ ਬੀਬੀ ਭਾਗੋ ਦੇ ਵਾਂਗੂ ਖੜ੍ਹੀ ਹੋ ਕੇ ਆਪਣੇ ਸਿਧਾਂਤਾਂ ਉੱਤੇ ਆਪ ਖਲੋਵੇ, ਨਾਲੇ ਦੂਜਿਆਂ ਨੂੰ ਸਿਧਾਂਤਾਂ 'ਤੇ ਖਲੋਣ ਵਾਸਤੇ ਵੰਗਾਰ ਪਾਏ। ਇਹ ਜੋ ਬੀਬੀ ਭਾਗੋ ਸੀ, ਇਸ ਨੇ ਕਹਿੰਦੇ ਨੇ ਵੰਗਾਰ ਪਾਈ। ਇਹਦਾ ਭਰਾ ਸੀ ਭਾਈ ਭਾਗ ਸਿੰਘ, ਨਾਲ ਇਹਦੇ ਨਾਲ ਇਹਦਾ ਪਤੀ ਸੀ ਨਿਧਾਨ ਸਿੰਘ ਵੜੈਚ, ਇਹਦੇ ਨਾਲ ਕਹਿੰਦੇ ਨੇ ਖੜ੍ਹੇ ਸਨ। ਇਹਨੇ ਵੰਗਾਰ ਪਾ ਦਿੱਤੀ, ਕਹਿਣ ਲੱਗੀ ਹੱਦ ਹੋ ਗਈ, ਤੁਸੀਂ ਆਏ ਸੀ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ, ਗੁਰੂ ਨੂੰ ਨਾਰਾਜ਼ ਕਰ ਲਿੱਤਾ ਹੈ। ਆਏ ਸੀ ਗੁਰੂ ਦੀ ਖੁਸ਼ੀ ਲੈਣ ਵਾਸਤੇ, ਤੁਸੀਂ ਤਾਂ ਗੁਰੂ ਨੂੰ ਵਿਦਾਵੀਏ ਬਣ ਕੇ ਚੱਲੇ ਹੋ। ਅੱਗੇ ਜਿਹੜੇ ਮਾਝੇ ਦੇ ਸਿੱਖ ਸਨ, ਦੁਨੀ ਚੰਦ ਨੇ ਉਹ ਕਲੰਕ ਲਾਇਆ ਸਾਡੇ ਮੱਥੇ ਤੋਂ ਨਹੀਂ ਮਿਟਿਆ, ਇੱਕ ਨਵਾਂ ਕਲੰਕ ਮੱਥੇ 'ਤੇ ਲਾਉਣ ਲੱਗੇ ਹੋ, ਇੱਕ ਨਵਾਂ ਦਾਗ ਮੱਥੇ 'ਤੇ ਲਾਦਣ ਲੱਗੇ ਹੋ। ਕਦੋਂ ਸਾਡਾ ਭਲਾ ਹੋਵੇਗਾ? ਕਦੋਂ ਸਾਡਾ ਦੁਨੀਆ ਤੋਂ ਉਧਾਰ ਹੋਵੇਗਾ? ਲੋਕ ਸਾਡੇ ਉੱਤੇ ਵਿਸ਼ਵਾਸ ਨਹੀਂ ਕਰਿਆ ਕਰਨਗੇ, ਉਹ ਕਹਿਣਗੇ ਇਹ ਗੁਰੂ ਨੂੰ ਧੋਖਾ ਦੇ ਕੇ ਆ ਗਏ, ਅਤੇ ਸਾਡੇ ਉੱਤੇ ਦੁਨੀਆ ਨੇ ਕਿੱਥੋਂ ਵਿਸ਼ਵਾਸ ਕਰਨਾ? ਯਕੀਨ ਕਰਿਓ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਦੇਖੋ ਇਹਦਾ ਗੁੱਸਾ ਨਾ ਕਰਨਾ, ਸੱਚਾਈ ਇਹ ਵੇ, ਜਿਹੜਾ ਸਿੱਖ ਆਪਣੇ ਗੁਰੂ ਨਾਲ ਧੋਖਾ ਕਰ ਜਾਂਦਾ ਉਹ ਕਿਸੇ ਦਾ ਵੀ ਨਹੀਂ। ਜੋ ਆਪਣੇ ਗੁਰੂ ਨਾਲ ਵੀ ਧੋਖਾ ਕਰੇ, ਜੋ ਗੁਰੂ ਦੇ ਨਾਲ ਚੀਟਿੰਗ ਕਰ ਜਾਏ, ਜੋ ਗੁਰੂ ਦੇ ਨਾਲ ਬੁਲਾਇਆ ਹੋਇਆ ਬੋਲ ਪੂਰਾ ਨਾ ਕਰੇ, ਇੱਕ ਦਿਨ ਅੰਮ੍ਰਿਤ ਵੀ ਛਕ ਲਵੇ ਅਤੇ ਪਰਦੇ ਦੇ ਵਿੱਚ ਸ਼ਰਾਬ ਵੀ ਪੀਂਦਾ ਰਹੇ, ਮਾਫ਼ ਕਰਨਾ, ਇੱਕ ਪਾਸੇ ਸਤਿਗੁਰ ਦੀ ਹਜ਼ੂਰੀ ਵਿੱਚ ਵੀ ਆਵੇ, ਅੰਮ੍ਰਿਤ ਵੀ ਛਕਿਆ ਹੋਵੇ ਅਤੇ ਝੂਠ ਵੀ ਬੋਲਦਾ ਹੋਵੇ ਅਤੇ ਗੁਰੂ ਨਾਲ ਧੋਖਾ ਕਰਦਾ ਹੋਵੇ? ਉਹ ਜੇ ਇਸ ਤਰ੍ਹਾਂ ਦਾ ਗੁਰੂ ਨਾਲ ਧੋਖਾ ਕਰਦਾ ਹੈ ਨਾ, ਸੱਚੀ ਜਾਣੇ ਉਹਦੇ 'ਤੇ ਦੁਨੀਆ ਵੀ ਵਿਸ਼ਵਾਸ ਨਹੀਂ ਕਰਿਆ ਕਰਦੀ। ਤੁਹਾਨੂੰ ਦੁਨੀਆ ਦੇ ਇਤਿਹਾਸ ਵਿੱਚ ਬੜੀਆਂ ਘਟਨਾਵਾਂ ਮਿਲ ਜਾਣਗੀਆਂ। ਜਦੋਂ ਕਿਧਰੇ ਇਹ ਗੱਲ ਆਖੀ ਗਈ ਕਿ ਕੇਵਲ ਇੱਕ ਸਿੱਖ ਆਣ ਕੇ ਗਵਾਹੀ ਭਰ ਦੇਵੇ ਅਤੇ ਸਿੱਖ ਦੀ ਗਵਾਹੀ 'ਤੇ ਵਿਸ਼ਵਾਸ ਕੀਤਾ ਜਾਏਗਾ, ਕਿਉਂਕਿ ਸਿੱਖ ਝੂਠ ਨਹੀਂ ਬੋਲਿਆ ਕਰਦੇ। ਇਹ ਆਮ ਗੱਲਾਂ ਸਨ, ਕਦੀ ਅੰਗਰੇਜ਼ਾਂ ਦੇ ਟਾਈਮ ਦੇ ਅੰਦਰ ਇਹ ਆਮ ਬਾਤਾਂ ਸਨ, ਜਿਹੜੀ ਬੇਨਤੀ ਕਰਨਾ ਪਿਆ।
ਉਹ ਮਾਈ ਭਾਗੋ ਨੇ ਕਹਿੰਦੇ ਨੇ ਵੰਗਾਰ ਪਾ ਦਿੱਤੀ। ਮਾਈ ਭਾਗੋ ਨੇ ਜਦੋਂ ਵੰਗਾਰ ਪਾਈ ਤਾਂ ਕਹਿੰਦੇ ਨੇ ਬੰਦੇ ਦੇ ਅੰਦਰ ਦੀ ਅਣਖ ਜਾਗੀ, ਉਹ ਕਹਿਣ ਲੱਗੇ ਸਾਨੂੰ ਔਰਤ ਵੰਗਾਰ ਪਾਉਂਦੀ, ਸਾਨੂੰ ਔਰਤ ਵੰਗਾਰਾਂ ਪਾ ਕੇ ਕਹਿੰਦੀ ਵੀ ਅਸੀਂ ਘਰ ਨੂੰ ਮੁੜਨ ਲੱਗੇ ਹਾਂ। ਜਿੰਨੇ ਸਿੱਖ ਸਨ ਪਿੱਛਾ ਨੂੰ ਵਾਪਸ ਮੁੜ ਕੇ ਆ ਗਏ, ਉਹਦੇ ਵਿੱਚ ਭਾਈ ਸਾਹਿਬ ਭਾਈ ਰਾਏ ਸਿੰਘ ਮੁਲਤਾਨੀ, ਭਾਈ ਸਾਹਿਬ ਭਾਈ ਮਹਾਂ ਸਿੰਘ ਮੁਲਤਾਨੀ, ਭਾਈ ਸਾਹਿਬ ਭਾਈ ਨਿਧਾਨ ਸਿੰਘ ਵੜੈਚ, ਭਾਈ ਭਾਗ ਸਿੰਘ ਜੀ ਮਾਤਾ ਭਾਗੋ ਦਾ ਭਰਾ, ਭਾਈ ਦਰਬਾਰਾ ਸਿੰਘ, ਭਾਈ ਕਰਬਾਰਾ ਸਿੰਘ, ਭਾਈ ਗੰਢਾ ਸਿੰਘ, ਹੋਰ ਅਨੇਕਾਂ ਦੇ ਕਰੀਬਨ 41 ਕੁ ਸਿੱਖ ਵਿਦਵਾਨਾਂ ਨੇ ਉਹਨਾਂ ਦੀ ਗਿਣਤੀ ਕੀਤੀ ਹੈ। ਉਹ ਵਿਦਵਾ ਕਹਿੰਦੇ ਨੇ ਸਾਰੇ ਸਿੱਖ ਇਕੱਠੇ ਹੋ ਕੇ ਆ ਗਏ, ਗੁਰੂ ਗੋਬਿੰਦ ਸਿੰਘ ਅੱਗੇ ਦੂਰ ਨਿਕਲ ਗਏ ਸਨ। ਬੇਨਤੀ ਧਿਆਨ ਨਾਲ ਸਮਝਣਾ, ਗੁਰੂ ਗੋਬਿੰਦ ਸਿੰਘ ਅੱਗੇ ਜਾ ਚੁੱਕੇ ਸਨ, ਪਿੱਛੇ ਵਜ਼ੀਰ ਖਾਨ ਦੀ ਫੌਜ ਆ ਗਈ। ਹੁਣ ਇਹਨਾਂ ਦੇ ਮਨ 'ਚ ਖਿਆਲ ਆਇਆ ਕਿ ਅਸੀਂ ਵਿੱਚ ਖਲੋਨੇ ਹਾਂ ਗੁਰੂ ਗੋਬਿੰਦ ਸਿੰਘ ਦੇ ਅਤੇ ਵਜ਼ੀਰ ਖਾਨ ਦੇ। ਵਜ਼ੀਰ ਖਾਨ ਚਾਹੁੰਦਾ ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਕਰਨੀ, ਵਜ਼ੀਰ ਖਾਨ ਚਾਹੁੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਨਾ, ਅਤੇ ਜਦੋਂ ਤੱਕ ਅਸੀਂ ਜਿੰਦਾ ਹਾਂ ਸਾਡੇ ਗੁਰੂ ਦੀ ਬੇਅਦਬੀ ਕਿਵੇਂ ਕੋਈ ਕਰ ਜਾਏ, ਜਦੋਂ ਤੱਕ ਅਸੀਂ ਜਿੰਦਾ ਹਾਂ ਸਾਡੇ ਗੁਰੂ ਤੱਕ ਕਿਸੇ ਦਾ ਹੱਥ ਕਿਵੇਂ ਪਕੜ ਜਾਏ। ਸਿੱਤੇ ਰੱਖਿਓ, ਜੇ ਅਸੀਂ ਸਿੱਖ ਹਾਂ ਨਾ ਤਾਂ ਅੱਜ ਵੀ ਮਨ 'ਚ ਖਿਆਲ ਹੋਣਾ ਚਾਹੀਦਾ ਹੈ, ਜੇ ਸਿੱਖ ਦੇ ਹੁੰਦੇ ਹਾਂ ਸਿੱਖ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਕਰ ਜਾਵੇ, ਜੇ ਸਿੱਖ ਦੇ ਹੁੰਦੇ ਹਾਂ ਕਿਸੇ ਦਾ ਹੱਥ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਜਾਂਦਾ ਹੈ, ਜੇ ਸਿੱਖ ਦੇ ਹੁੰਦੇ ਹਾਂ ਕਿਸੇ ਦਾ ਹੱਥ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੱਕ ਪਹੁੰਚ ਜਾਂਦਾ ਹੈ, ਤਾਂ ਯਕੀਨ ਕਰੋ ਅੱਜ ਸਾਡੇ ਵਿੱਚ ਉਹਨਾਂ ਸਿੱਖਾਂ ਵਾਲੀ ਸਪਿਰਿਟ ਨਹੀਂ ਰਹੀ, ਤਾਂ ਹੀ ਕਿਧਰੇ ਇਹ ਕੰਮ ਹੁੰਦਾ ਹੈ। ਜੇ ਕਿਧਰੇ ਉਹਨਾਂ ਸਿੱਖਾਂ ਵਾਲੀ ਸਪਿਰਿਟ, ਜੇ ਉਹਨਾਂ ਸਿੱਖਾਂ ਵਾਲੀ ਜ਼ਿੰਦਗੀ ਸਾਡੇ ਪਾਸ ਹੋਵੇ, ਤਾਂ ਸਿੱਖ ਕਹਿੰਦਾ ਮੇਰੇ ਗੁਰੂ ਤੱਕ ਹੱਥ ਪਾਉਣ ਵਾਲਿਆ ਅਜੇ ਤੱਕ ਗੁਰੂ ਗੋਬਿੰਦ ਸਿੰਘ ਦਾ ਸਿੱਖ ਵਿੱਚ ਖਲੋਤਾ ਹੈ, ਪਹਿਲਾਂ ਮੈਨੂੰ ਸ਼ਹੀਦ ਕਰੇਗਾ ਤਾਂ ਮੇਰੇ ਗੁਰੂ ਤੱਕ ਪਹੁੰਚ ਸਕੇਗਾ। ਅਤੇ ਯਕੀਨ ਕਰੋ ਇੱਥੇ ਤਾਂ ਹਾਲਤ ਉਹ ਵਰਤਦੀ ਪਈ ਹੈ, ਰਾਜ ਵੀ ਸਿੱਖਾਂ ਦਾ, ਰਾਜ ਵੀ ਸਿੱਖਾਂ ਦਾ, ਸਟੇਟ ਵੀ ਸਿੱਖਾਂ ਦੀ ਏ, ਅਤੇ ਸਿੱਖਾਂ ਦੇ ਗੁਰੂ ਦੇ ਅੰਗ ਪਾੜੇ ਜਾਂਦੇ ਨੇ, ਅਤੇ ਜੇ ਕਿਧਰੇ ਕੋਈ ਵਿਰੋਧ ਕਰਦਾ ਹੈ ਤਾਂ ਸਿੱਖਾਂ ਦੇ ਉੱਪਰ ਸਿੱਖ ਰਾਜੇ ਹੀ ਗੋਲੀਆਂ ਚਲਵਾਉਂਦੇ। ਅੱਜ ਉਹ ਹਾਲਾਤ ਨੇ ਸਾਡੀ ਪੰਜਾਬ ਦੀ ਧਰਤੀ 'ਤੇ। ਇੱਕ ਅਰਦਾਸ ਹੈ ਮੇਰਾ ਮਾਲਕ ਸੱਚਾ ਪਾਤਸ਼ਾਹ ਕਿਧਰੇ ਸਾਡੇ ਅੰਦਰ ਗੁਰੂ ਪ੍ਰਤੀ ਪਿਆਰ ਭਰੇ। ਕਹਿੰਦੇ ਨੇ ਇਹ ਜੋ ਗੁਰੂ ਕਾ ਸਿੱਖ ਸਾਰੇ ਇਕੱਠੇ ਹੋਏ, ਇਹਨਾਂ ਨੇ ਕਿਹਾ ਗੁਰੂ ਤੱਕ ਤਾਂ ਪਹੁੰਚੇਗਾ ਜੇ ਪਹਿਲਾਂ ਸਾਡੇ ਤੱਕ ਪਹੁੰਚੇ। ਲੜੇ ਨੇ ਭਾਈ ਮਹਾਂ ਸਿੰਘ, ਭਾਈ ਰਾਏ ਸਿੰਘ, ਭਾਈ ਭਾਗ ਸਿੰਘ, ਹੋਰ ਗੁਰੂ ਕੇ ਸਿੱਖ ਇੱਥੇ ਕਹਿੰਦੇ ਨੇ ਜੂਝਣਾ ਸ਼ੁਰੂ ਕੀਤਾ। ਫੌਜ ਬਹੁਤ ਸਾਰੀ ਸੀ ਵਜ਼ੀਰ ਖਾਨ ਦੇ ਕੋਲ, ਕਹਿੰਦੇ ਨੇ ਫੌਜ ਦੇ ਨਾਲ ਇਹਨਾਂ ਸਿੱਖਾਂ ਨੇ ਲੜਾਈਆਂ ਕਰਨੀਆਂ ਆਰੰਭ ਕੀਤੀਆਂ। ਹੁਣ ਇੱਥੇ ਬੇਨਤੀ ਸਮਝਿਓ, ਇਹ ਨਹੀਂ ਕਿ ਪਹਿਲਾਂ ਗੁਰੂ ਨੂੰ ਦੱਸੀਏ ਅਤੇ ਤਾਂ ਅਸੀਂ ਆਣ ਕੇ ਜੰਗ ਕਰਾਂਗੇ। ਇੱਕ ਇੱਕ ਵਿਚਾਰ ਸਮਝਦੇ ਜਾਣਾ, ਗੁਰੂ ਨੂੰ ਦੱਸ ਕੇ ਸੇਵਾ ਨਹੀਂ ਕੀਤੀ ਵੀ ਅਸੀਂ ਸਤਿਗੁਰੂ ਲੜਨ ਲੱਗੇ ਹਾਂ ਤੇਰੇ ਵਾਸਤੇ। ਸਿੱਖ ਨੇ ਇੱਕ ਭਾਵ ਲੈਣਾ, ਇਹ ਨਹੀਂ ਕਿ ਗੁਰੂ ਦੇ ਘਰ ਕੋਈ ਆਣ ਕੇ ਸੇਵਾ ਕਰੇ ਭਾਵੇਂ ਲੰਗਰ ਦੀ ਕਰੇ, ਭਾਵੇਂ ਗੁਰੂ ਦੇ ਘਰ ਆਣ ਕੇ ਕੋਈ ਆਣ ਕੇ ਭੇਟਾ ਚੜ੍ਹਾਵੇ ਅਤੇ ਭਾਵੇਂ ਕੋਈ ਹੋਰ ਸੇਵਾ ਕਰੇ। ਇਹਦਾ ਮਤਲਬ ਇਹ ਨਹੀਂ ਕਿ ਮੈਂ ਪਹਿਲਾਂ ਗੁਰੂ ਨੂੰ ਦੱਸਾਂ ਸਤਿਗੁਰੂ ਮੈਂ ਤੇਰੀ ਸੇਵਾ ਕਰਨਾ ਪਿਆ, ਤੂੰ ਸੇਵਾ ਕਰੀ ਚੱਲ, ਤੇਰੀ ਸੇਵਾ ਦਾ ਸਤਿਗੁਰੂ ਨੂੰ ਆਪ ਹੀ ਪਤਾ ਲੱਗ ਜਾਣਾ। ਸਾਡੀ ਮੁਸ਼ਕਲ ਪਤਾ ਕੀ ਹੈ, ਅੱਜ ਅਸੀਂ ਇੱਕ ਭਾਵ ਰੱਖੇ ਹੈ ਦੋ ਤਰ੍ਹਾਂ ਦੀ ਗੱਲ। ਅਸੀਂ ਕਹਿੰਦੇ ਹਾਂ ਗੁਰੂ ਨੂੰ ਪਤਾ ਲੱਗੇ ਨਾ ਲੱਗੇ, ਲੋਕਾਂ ਨੂੰ ਪਤਾ ਜ਼ਰੂਰ ਲੱਗ ਜਾਣਾ ਚਾਹੀਦਾ। ਜਦੋਂ ਤੱਕ ਲੋਕਾਂ ਨੂੰ ਪਤਾ ਨਾ ਲੱਗਾ ਕਿ ਮੈਂ ਇੱਥੇ $50 ਭੇਟਾ ਕੀਤੇ ਨੇ, ਉਦੋਂ ਤੱਕ ਸਵਾਦ ਹੀ ਨਹੀਂ ਆਉਣਾ, ਉਦੋਂ ਤੱਕ ਮੇਰੇ ਤਾਂ ਗੱਲ ਹੀ ਨਹੀਂ ਬਣਨੀ। ਇਸ ਕਰਕੇ ਸਾਨੂੰ ਕਿਹਾ ਜਾਂਦਾ ਨਾਮ ਸਾਡਾ ਬੋਲਿਆ ਜਾਵੇ, ਬਲਕਿ ਇੱਥੋਂ ਤੱਕ ਖਿਮਾ ਕਰ ਦਿਓ ਇੱਥੇ ਦਾ, ਤਾਂ ਚਲੋ ਮੈਨੂੰ ਨਹੀਂ ਪਤਾ, ਬੜੀ ਗੁਰੂ ਕਿਰਪਾ ਹੈ ਤੁਹਾਡੇ ਕੋਲ। ਤਾਂ ਕਈ ਵਾਰੀ ਪੰਜਾਬ ਜਾਂ ਹੋਰ ਅਸਥਾਨਾਂ 'ਤੇ ਦੇਖਿਆ ਗਿਆ, ਮੈਂ ਇੱਕ ਘਟਨਾ ਪੜ੍ਹੀ, ਕਹਿੰਦੇ ਨੇ ਉਹਦੇ ਵਿੱਚ ਇਹ ਬੰਬੇ ਦੀ ਘਟਨਾ, ਸੱਚੀ ਘਟਨਾ, ਇੱਕ ਇਨਸਾਨ ਦੀ ਪਤਨੀ ਚੜ੍ਹਾਈ ਕਰ ਗਈ ਅਤੇ ਉਹ ਕਹਿੰਦਾ ਜੀ ਮੈਂ ਕਮਰਾ ਬਣਾਵਾਂਗਾ ਗੁਰਦੁਆਰੇ ਦੇ ਅੰਦਰ, ਇਹ ਕਮਰਾ ਬਣਾਉਣਾ, ਕਮਰੇ ਦੀ ਸੇਵਾ ਮੈਨੂੰ ਦੇ ਦਿਓ। ਉਹ ਕਹਿਣ ਲੱਗੇ ਠੀਕ, ਪ੍ਰਬੰਧਕ ਸੱਜਣ ਕਹਿਣ ਲੱਗੇ ਦੇ ਦੇਵਾਂਗੇ। ਕਹਿੰਦਾ ਕਮਰਾ ਦਿਓ, ਪਰ ਸੱਚਾਈ ਇਹ ਵੇ ਕਮਰੇ ਦੇ ਅੰਦਰ ਮੇਰੀ ਪਤਨੀ ਦਾ ਨਾਮ, ਮੇਰਾ ਨਾਮ, ਕਮਰੇ ਦੇ ਬਾਹਰ ਵੀ ਮੇਰਾ ਨਾਮ, ਅਤੇ ਮੇਰਾ ਨਾਮ ਬਾਰ ਬਾਰ ਸਟੇਜ ਉੱਤੇ ਵੀ ਬੋਲਿਆ ਜਾਏ ਕਿ ਮੈਂ ਸੇਵਾ ਕੀਤੀ। ਉਹ ਪ੍ਰਬੰਧਕ ਕਹਿਣ ਲੱਗੇ ਇਹ ਕੰਮ ਨਹੀਂ ਹੋਣਾ, ਅਸੀਂ ਇਹ ਕੰਮ ਨਹੀਂ ਕਰਨਾ, ਗੁਰੂ ਦਾ ਘਰ ਏ, ਇੱਥੇ ਨਾਮ ਰਹੇਗਾ ਅਤੇ ਇਕੱਲਾ ਸਤਿਗੁਰ ਦਾ, ਇੱਥੇ ਨਾਮ ਪੜ੍ਹਿਆ ਜਾਏਗਾ ਅਤੇ ਇਕੱਲਾ ਸਤਿਗੁਰ ਦਾ, ਕਿਸੇ ਦੂਸਰੇ ਦਾ ਨਹੀਂ। ਉਹਨੇ ਰੱਬ ਦੇ ਪਿਆਰੇ ਨੇ ਗੁਰੂ ਦੇ ਘਰ ਭੇਟਾ ਹੀ ਨਾ ਦਿੱਤੀ। ਉਹ ਕਹਿਣ ਲੱਗਾ ਮੈਂ ਜਦ ਤੱਕ ਨਾਮ ਨਹੀਂ ਲੈਂਦੇ ਮੈਂ ਦੇਣੀ ਨਹੀਂ। ਮੇਰੀ ਅਰਜ਼ ਇਹ, ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ,
ਅਸੀਂ ਲੋਕਾਂ ਵਿੱਚ ਇਹ ਪ੍ਰਗਟਾਵਾ ਕਰਨਾ ਚਾਹੁੰਦੇ ਹਾਂ ਕਿ ਮੈਂ ਸੇਵਾ ਕੀਤੀ। ਭਾਈ ਮਹਾ ਸਿੰਘ ਉਹ 40 ਸਿੱਖ ਸਨ ਜਿਹੜੇ, ਉਹਨਾਂ 'ਤੇ ਸਤਿਗੁਰੂ ਨੂੰ ਵੀ ਨਹੀਂ ਦੱਸਿਆ ਕਿ ਸਤਿਗੁਰੂ ਅਸੀਂ ਤੇਰੀ ਸੇਵਾ ਲੱਗੇ ਹਾਂ ਕਰਨ। ਜੰਗ ਦਾ ਮੈਦਾਨ ਉੱਥੇ ਉਲੀਕ ਲਿਆ, ਗੁਰੂ ਕੇ ਸਿੱਖ ਜੰਗ ਲੱਗੇ ਕਰਨ। ਧੰਨ ਗੁਰੂ ਗੋਬਿੰਦ ਸਿੰਘ ਦੂਰ ਨਿਕਲ ਚੁੱਕੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੂਰ ਜਾ ਚੁੱਕੇ ਨੇ, ਬੰਦੂਕਾਂ ਦੀਆਂ ਗੋਲੀਆਂ ਚੱਲੀਆਂ ਨੇ, ਕਿਰਪਾਨ ਦੇ ਨਾਲ ਤਲਵਾਰ ਖੜਕਣੀ ਆਰੰਭ ਹੋਈ ਏ, ਲੋਹੇ 'ਤੇ ਲੋਹਾ ਖੜਕਿਆ ਆਵਾਜ਼ ਆਈ ਏ, ਬੰਦੂਕ ਦੀਆਂ ਗੋਲੀਆਂ ਚੱਲੀਆਂ ਨੇ ਆਵਾਜ਼ ਆਈ ਏ। ਸ਼੍ਰੀ ਗੁਰੂ ਗੋਬਿੰਦ ਸਿੰਘ ਪਿਤਾ ਵਾਪਸ ਪਰਤ ਕੇ ਆ ਗਏ ਨੇ। ਹੁਣ ਜਦੋਂ ਸਤਿਗੁਰੂ ਦਤਾਰ ਆਪ ਜੀ ਅੱਜ ਵਾਪਸ ਪਰਤ ਕੇ ਆਉਂਦੇ ਪਏ, ਉਸ ਸਮੇਂ ਗੁਰਦੇਵ ਆਣ ਕੇ ਦੇਖਦੇ ਨੇ ਕਿ ਵਜ਼ੀਰ ਖਾਨ ਦੇ ਨਾਲ ਸਿੰਘ ਲੜਦੇ ਪਏ ਨੇ। ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜਿਹੜੇ ਸਤਿਗੁਰੂ ਜੀ ਦੇ ਕੋਲ ਕੁਝ ਸਿੰਘ ਸਨ, ਪਾਤਸ਼ਾਹ ਨੇ ਆਪਣੇ ਸਿੰਘ ਵੀ ਨਾਲੋਂ ਨਾਲ ਭੇਜਣੇ ਸ਼ੁਰੂ ਕੀਤੇ। ਉਹ ਵੀ ਜਦੋਂ ਸਿੰਘ ਜਾ ਕੇ ਲੜੇ, ਗੁਰੂ ਗੋਬਿੰਦ ਸਿੰਘ ਜੀ ਆਪ ਜੀ ਵੀ ਗੁਰਦੇਵ ਜੀ ਆਪਣੀ ਥਾਂ 'ਤੇ ਖਲੋ ਕੇ ਤੀਰ ਚਲਾਉਂਦੇ ਰਹੇ। ਲੰਬੇ ਸਮੇਂ ਤੱਕ ਲੜਾਈ ਹੁੰਦੀ ਰਹੀ। ਅਕਸਰ ਸਮਾਂ ਆਇਆ ਉਹ ਜਿਹੜੇ ਸਿੱਖ ਸਨ, ਕਹਿੰਦੇ ਨੇ ਕਰੀਬਨ ਕਰੀਬਨ 39 ਸਿੱਖ ਲੜਦੇ ਲੜਦੇ ਸ਼ਹੀਦ ਹੋ ਚੁੱਕੇ ਸਨ। ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਇਸ ਗੁਰੂ ਘਰ ਦੇ ਛੋਟੇ ਛੋਟੇ ਬੱਚੇ ਜੋ ਆਪ ਨੂੰ ਕੀਰਤਨ ਰਾਹੀਂ ਗੁਰੂ ਨਾਲ ਜੋੜ ਰਹੇ ਸਨ। ਆਪ ਸੰਗਤਾਂ ਅੱਗੇ ਬੇਨਤੀ ਹੈ, ਜਿਨ੍ਹਾਂ ਦੇ ਬੱਚੇ ਕੀਰਤਨ ਨਹੀਂ ਕਰਦੇ ਉਹ ਜੇ ਕਰਨਾ ਚਾਹੁੰਦੇ ਨੇ, ਇਸ ਗੁਰੂ ਘਰ ਫਰਾਈਡੇ ਸੈਟਰਡੇ ਸੰਡੇ ਤਿੰਨੇ ਦਿਨ ਕਲਾਸਾਂ ਲੱਗਦੀਆਂ ਨੇ, ਆਪਣੇ ਬੱਚਿਆਂ ਨੂੰ ਭੇਜਿਆ ਕਰੋ, ਗੁਰੂ ਸਿੱਖੀ ਨਾਲ ਜੋੜੋ। ਕਿਉਂਕਿ ਜਿਹੜੇ ਬੱਚੇ ਇੱਕ ਵਾਰੀ ਕੀਰਤਨ ਕਰਨ ਲੱਗ ਪੈਣ ਉਹ ਸਿੱਖੀ ਤੋਂ ਦੂਰ ਨਹੀਂ ਜਾਣਗੇ। ਆਪ ਸੰਗਤਾਂ ਅੱਗੇ ਬੇਨਤੀ ਹੈ, ਆਪ ਜ਼ਰੂਰ ਭੇਜਿਆ ਕਰੋ ਕਲਾਸਾਂ 'ਚ। ਹੁਣ ਆਪ ਜੀ ਨੂੰ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਰਾਜਾ ਅਲਵਰ ਵਾਲੇ ਕੀਰਤਨ ਰਾਹੀਂ ਗੁਰੂ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੂਟੀ ਗਾਡਨ ਹਾਰ ਗੋਪਾਲ, ਟੂਟੀ ਸਰਬ ਜੀਆ ਪੇ ਪ੍ਰਤਪਾ, ਸਰਬ ਜੀਆ ਪੇ ਪ੍ਰਤਪਾ, ਗੁਰ ਕਾ ਬਚਨ ਬਸੈ ਜੀਨਾਲੇ, ਗੁਰ ਕਾ ਬਚਨ ਬਸੈ ਜੀਨਾਲੇ, ਗੁਰ ਕਾ ਬਚਨ ਬਸੈ ਕਰ ਨਹੀਂ ਲੇਵੇ, ਜਲ ਨਹੀਂ ਡੂਬੇ ਤਸ ਕਰ ਨਹੀਂ ਲੇਵੇ, ਵਾਏ ਨਾ ਸਕੇ ਜਾਲੇ, ਵਾਏ ਨਾ ਸਕੇ ਜਾਲੇ, ਗੁਰ ਕਾ ਬਚਨ ਬਸੈ ਜੀਨਾ। ਸਾਰੇ ਜਪੋ ਗੁਰ ਕਾ ਬਚਨ ਬਸੈ ਜੀਨਾ ਲੇ, ਗੁਰ ਕਾ ਬਚਨ ਬਸੈ ਜੀਨਾ ਲੇ। ਸਿਮਰੋ ਸਿਮਰ
सिमर सुख पावो सिमरो सिमर सिमर सुख पावो सास सास समाले सिमरो सिमर सिमर सुख पावो सिमरो सिमर सिमर सुख पावो सास सास समाले एह लोक पर लोक संग सहाई एह लोक पर लोक संग सहाई जत कत मोहे रखवाले जत कत मोहे रखवाले गुर का बचन बसे बचन बसे दीनाले जद नहीं डूबे तस कर नहीं लेवे जल नहीं डूबे तस कर नहीं लेवे बहाए ना सके जा बचन बसे जीनाले गुर का बचन बसे जीनाले गुर का बचन बसे जीनाले निर्धन को धन अंधले को टेक निर्धन को धन अंधले को टेक मात दूध जैसे बाले अंधले को निर्धन को निर्धन को निर्धन को निर्धन को धन अंधले को टिक मात दूध जैसे बाले मात दूध जैसे बाले निर्धन को धन अंधले को टिक निर्धन को धन अंधले को टिक मात दूध जैसे बाले सागर में बोहेत पायो हर नानक सागर में बोहेत पायो हर नानक करी कृपा कृपाले करी कृपा कृपा बचन बस
जीना ले गुर का वचन बसे जीना ले गुर का वचन बसे जीना ले वचन बसे जीना ले जल नहीं डूबे तस्कर नहीं ले वे जल नहीं डूबे तस्कर नहीं ले वे बहाए ना सके जाले बहाए ना सके जाले गुर का वचन बसे जीना ले गुर का वचन बसे जीना ले गुर का वचन बसे जीना ले वचन बसे जीना ले वचन बसे जीना ले गुर का वचन बसे जीना ले गुर का वचन बसे जीना ले वचन बसे जीना ले सिमरो सिमर सिमर सुख पावो सिमरो 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 सिमर सिमर सुख पावो सास सास संभाले एह लोक पर लोक संग सहाई जत कत मोहे रखवाले गुर का बचन बसे जीना ले बचन बसे जीना ले गुर का गुर का बचन बसे जीना ले बचन बसे जीना ले गुर का बचन बसे जीना ले जल नहीं डूबे तस्कर नहीं लेवे भाए नशा के जाले भाए नशा के जाले सिमरो सिमर सिमर सुख पावो सिमरो सिमर सिमर सुख पावो कल कलेश तन माहे मिटावो सिमरो जास विसंबर एक है नाम जपत अगनत अनेक है वेद पुराण सिमरत सुदाखर कीने राम नाम एक आखर किनका 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 एक जिस जी बसावे दादा की महिमा गनी नयावे गुर का बचन बसे जीना ले 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 गुर का वचन बसे जी
ਦੀਨਾ ਲੇ ਗੁਰ ਕਾ ਬਚਨ ਬਸੈ ਜੀਨਾ ਲੇ ਬਚਨ ਬਸੈ ਜੀਨਾ ਲੇ ਬਚਨ ਬਸੈ ਸਾਡੀ ਲਾਜ ਰਹਿਮਤ ਕਰ ਦੇਵੋ ਕਲਗੀ ਧਰ ਮਹਾਰਾਜ ਰਹਿਮਤ ਕਰ ਦੇਵੋ ਕਲਗੀ ਧਰ ਮਹਾਰਾਜ ਰਹਿਮਤ ਕਰ ਦੇਵੋ ਉਮਰ ਵਿੱਚ ਮੇਰਾ ਕਰਕੇ ਤਾਰੀ ਮੈਨੀ ਰਾਣੀ ਇੱਛਾ ਪੁੱਤ ਦੀ ਸੁਰਤ ਟਿਕਾ ਕੇ ਰੱਖਦੀ ਰਹੀ ਨਿਬਾਣੀ ਹਾਂ ਬਾਲ ਉਮਰ ਵਿੱਚ ਮੇਰਾ ਕਰਕੇ ਤਾਰੀ ਮੈਨੀ ਰਾਣੀ ਇੱਛਾ ਪੁੱਤ ਦੀ ਸੁਰਤ ਟਿਕਾ ਕੇ ਰੱਖਦੀ ਰਹੀ ਨਿਬਾਣੀ ਮਾਂ ਕੇ ਕਰੀ ਤਮੰਨਾ ਪੂਰੀ ਮਾਂ ਕੇ ਕਰੀ ਤਮੰਨਾ ਪੂਰੀ ਉੱਚੀ ਮਾਰੇ ਆਵਾਜ਼ ਰਹਿਮਤ ਕਰ ਦੇਵੋ ਕਲਗੀ ਧਰ ਮਹਾਰਾਜ ਰਹਿਮਤ ਕਰ ਦੇਵੋ ਕਲਗੀ ਧਰ ਮਹਾਰਾਜ ਰਹਿਮਤ ਕਰ ਦੇਵੋ ਲਟਕਦੀਆਂ ਤਲਵਾਰਾਂ ਦਰਿਆ ਨੂੰ ਗਲ ਨਾਲ ਲਾਇਆ ਸੁਣ ਕੇ ਹਾਲ ਪੁਕਾਰਾਂ ਹੱਸੀ ਕਸ਼ਮੀਰੀ ਪੰਡਤਾਂ ਦੇ ਗਲ ਲਟਕਦੀਆਂ ਤਲਵਾਰਾਂ ਦਰਿਆ ਨੂੰ ਗਲ ਨਾਲ ਲਾਇਆ ਸੁਣ ਕੇ ਹਾਲ ਪੁਕਾਰਾਂ ਉੱਜੜਦਿਆਂ ਨੂੰ ਵਸਦੇ ਕੀਤਾ ਉੱਜੜਦਿਆਂ ਨੂੰ ਵਸਦੇ ਕੀਤਾ ਆਪ ਗਰੀਬ ਨਵਾਜ ਰਹਿਮਤ ਕਰ ਦੇਵੋ ਕਲਗੀ ਧਰ ਮਹਾਰਾਜ ਰਹਿਮਤ ਕਰ ਦੇਵੋ ਕਲਗੀ ਧਰ ਮਹਾਰਾਜ ਰਹਿਮਤ ਕਰ ਦੇਵੋ ਖੰਡੇ ਦੀ ਪਿਆ ਕੇ ਸਿੱਖ ਨੂੰ ਗਿੱਦੜੋਂ ਸ਼ੇਰ ਬਣਾਤਾ ਅਣਖ ਦੀ ਖਾਤਰ ਮਰ ਮਿਟ ਜਾਣਾ ਐਸਾ ਸਬਕ ਪੜਾਤਾ ਹੋਰ ਖੰਡੇ ਦੀ ਪਿਆ ਕੇ ਸਿੱਖ ਨੂੰ ਗਿੱਦੜੋਂ ਸ਼ੇਰ ਬਣਾਤਾ ਅਣਖ ਦੀ ਖਾਤਰ ਮਰ ਮਿਟ ਜਾਣਾ ਐਸਾ ਸਬਕ ਪੜਾਤਾ ਸ਼ੇਰਾਂ ਦੀ ਇਹ ਕੌਮ ਆਖਿਆ ਸ਼ੇਰਾਂ ਦੀ ਇਹ ਕੌਮ ਆਖਿਆ
ਪੰਥ ਖਾਲਸਾ ਸਾਜ ਰਹਿਮਤ ਕਰ ਦੇਵੋ ਕਲਗੀ ਧਰਮਾ ਰਾਜ ਰਹਿਮਤ ਕਰ ਦੇਵੋ ਕਲਗੀ ਧਰਮਾ ਰਾਜ ਰਹਿਮਤ ਕਰ ਦੇਵੋ ਜਹਾਨ ਦੇ ਬਾਲੀ ਤਾਰਿਆਂ ਵਿੱਚ ਜੋ ਚੰਨ ਸੋਭਦਾ ਬਖਰੀ ਸ਼ਾਨ ਨਿਰਾਲੀ ਹੇ ਰਾਜਾਂ ਦੇ ਮਹਾਰਾਜੇ ਦਾਤਾ ਦੋ ਜਹਾਨ ਦੇ ਬਾਲੀ ਤਾਰਿਆਂ ਵਿੱਚ ਜੋ ਚੰਨ ਸੋਭਦਾ ਬਖਰੀ ਸ਼ਾਨ ਨਿਰਾਲੀ ਕਲਗੀ ਸੋਹੇ ਸੀਸ ਦੇ ਉੱਤੇ ਕਲਗੀ ਸੋਹੇ ਸੀਸ ਦੇ ਉੱਤੇ ਹੱਥ ਸੁਹਾਵੇ ਬਾਜ ਰਹਿਮਤ ਕਰ ਦੇਵੋ ਕਲਗੀ ਧਰ ਮਹਾਰਾਜ ਰਹਿਮਤ ਕਰ ਦੇਵੋ ਕਲਗੀ ਧਰ ਮਹਾਰਾਜ ਰਹਿਮਤ ਕਰ ਦੇਵੋ ਜਿਸਕੇ ਸਿਰ ਉੱਪਰ ਤੂੰ ਸਵਾਮੀ ਸਹੁ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਐਸੀਆਂ ਬਖਸ਼ਿਸ਼ਾਂ ਦੇ ਭੰਡਾਰ ਪਰਮ ਪਿਤਾ ਗੁਰਦੇਵ ਸਵਾਮੀ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਇਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਪਾਵਨ ਅਸਥਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵਿਖੇ ਹਰ ਐਤਵਾਰ ਦੀ ਤਰ੍ਹਾਂ ਦੂਰੋਂ ਨੇੜਿਓਂ ਚੱਲ ਕਰਕੇ ਸਤਿਗੁਰ ਦੇ ਪਾਵਨ ਦਰਬਾਰਾਂ ਦੇ ਵਿੱਚ ਸਤਿਗੁਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਪਾਤਰ ਬਣਨ ਵਾਸਤੇ ਸਤਿਗੁਰੂ ਦੇ ਪਾਵਨ ਪਵਿੱਤਰ ਬਾਣੀ ਅਤੇ ਫਿਲੋਸਫੀ ਦੇ ਜਗਿਆਸੂ ਬਣ ਕੇ ਦੂਰੋਂ ਨੇੜਿਓਂ ਪਹੁੰਚਦੇ ਹੋ। ਅੱਜ ਦਾ ਵਿਸ਼ੇਸ਼ ਸਮਾਗਮ ਉਸ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਹੋਏ ਸ਼ਹੀਦ ਉਹਨਾਂ ਗੁਰੂ ਪਿਆਰਿਆਂ ਨੂੰ ਸ਼ਰਧਾ ਪ੍ਰਣਾਮ ਭੇਂਟ ਕਰਨ ਵਾਸਤੇ ਆਪਾਂ ਸਾਰੇ ਜੁੜੇ ਹਾਂ। ਆਓ ਇੱਕ ਵਾਰੀ ਆਪਣੇ ਖਿਆਲਾਂ ਦੇ ਅੰਦਰ ਉਹਨਾਂ ਗੁਰੂ ਦੇ ਪੁੱਤਰਾਂ ਨੂੰ ਜਿਨ੍ਹਾਂ ਨੇ ਧਰਮ ਵਾਸਤੇ ਪਰਉਪਕਾਰ ਲਈ ਗੁਰੂ ਨਾਨਕ ਦੇ ਘਰ ਦੀ ਸਿੱਖੀ ਨੂੰ ਪਾਉਣ ਵਾਸਤੇ ਆਪਣੇ ਜਿਸਮ ਦੇ ਖੂਨ ਦਾ ਇੱਕ ਇੱਕ ਤੁਪਕਾ ਵਹਾ ਦਿੱਤਾ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਰੂ ਪਿਆਰਿਓ ਸਿੱਖੋ ਇੱਕ ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਨੂੰ ਸਜਦਾ ਕਰਦਿਆਂ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰਿਓ। ਤੁਹਾਡੀ ਹਾਜ਼ਰੀ ਮੁਕਤਸਰ ਸਾਹਿਬ ਦੀ ਉਸ ਪਾਵਨ ਪਵਿੱਤਰ ਧਰਤੀ 'ਤੇ ਲੱਗੇਗੀ ਮੇਰਾ ਯਕੀਨ ਹੈ। ਭਾਵਨਾ ਸਹਿਤ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ 'ਤੇ ਪਹੁੰਚੇ ਹੋ, ਆਪ ਸਾਰਿਆਂ ਨੂੰ ਜੀ ਆਇਆ, ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਦੇ ਵਾਸਤੇ ਆਪਣਾ ਆਪ ਨਿਸ਼ਾਵਰ ਕਰਕੇ ਮਹਾਨ ਦਾਤਾਂ ਬਖਸ਼ਿਸ਼ ਕੀਤੀਆਂ। ਅੱਜ ਦੇ ਇਸ ਸ਼ਹੀਦੀ ਸਮਾਗਮ ਨੂੰ ਉਚੇਚੇ ਤੌਰ 'ਤੇ ਕਵਰ ਕਰ ਰਿਹਾ ਗਲੋਬਲ ਟੀ ਵੀ ਵਾਲੇ ਵੀਰ ਜੀ ਗਿੱਲ ਸਾਹਿਬ, ਮੈਂ ਆਪਣੇ ਢਾਡੀ ਜੱਥੇ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ। ਕੁਝ ਵਿਚਾਰਾਂ ਦੀ ਸਾਂਝ ਆਪ ਨਾਲ ਪਾਉਣੀ ਚਾਹਾਂਗਾ। ਆਓ ਇਤਿਹਾਸ ਵੱਲ ਆਪਣਾ ਮਨ ਲਿਜਾਣ ਦਾ ਯਤਨ ਕਰੀਏ। ਇਤਿਹਾਸ ਦੀ ਵਿਚਾਰ ਤੋਂ ਪਹਿਲਾਂ ਮੈਂ ਇੱਕ ਕਿਤਾਬ ਦੇ ਵਿੱਚੋਂ ਪੜ੍ਹ ਰਿਹਾ ਸਾਂ ਜਿਸ ਦੇ ਵਿੱਚ ਬਾਗਾਬ ਨੇ ਤਰੀਫ ਬਾਤ ਲਿਖੀ, ਉਹ ਕੀ ਸੀ ਮੈਂ ਸਾਂਝੀ ਕਰਕੇ ਆਪਣੇ ਪ੍ਰਕਰਮ ਦੀ ਬਾਤ ਆਪ ਜੀ ਨਾਲ ਸਾਂਝੀ ਕਰਾਂਗਾ। ਅਲੀਗੜ੍ਹ ਦੇ ਅੰਦਰ ਇਸਲਾਮ ਧਰਮ ਦੀ ਇੱਕ ਯੂਨੀਵਰਸਿਟੀ ਹੈ ਜਿਸ ਦੇ ਅੰਦਰ ਇੱਕ ਪ੍ਰੋਫੈਸਰ ਬਣ ਕੇ ਆਇਆ ਜਿਹਦਾ ਨਾਮ ਮਿਸਟਰ ਹਬੀਬ ਕਰਕੇ ਇਤਿਹਾਸ ਅੰਦਰ ਆਉਂਦਾ ਹੈ। ਹਬੀਬ ਸਾਹਿਬ ਜਿਹਨੇ ਸਿੱਖ ਇਤਿਹਾਸ ਨੂੰ ਪੜ੍ਹਿਆ, ਪੜ੍ਹਨ ਤੋਂ ਬਾਅਦ ਉਹਨੇ ਦੋ ਗੱਲਾਂ ਬਾ ਕਾਬਲੇ ਤਰੀਫ ਲਿਖੀਆਂ। ਉਹ ਕਹਿੰਦਾ ਮੈਂ ਸਿੱਖ ਇਤਿਹਾਸ ਨੂੰ ਪੜ੍ਹਨ ਤੋਂ ਬਾਅਦ ਸਿੱਖਾਂ ਨੂੰ ਪ੍ਰਣਾਮ ਕਰਦਾ ਹਾਂ, ਮੈਂ ਸਿੱਖਾਂ ਨੂੰ ਪ੍ਰਣਾਮ ਕਰਦਾ ਹਾਂ, ਮੈਂ ਸਿੱਖਾਂ ਨੂੰ ਸਜਦਾ ਕਰਦਾ ਹਾਂ।
ਇਹਨਾਂ ਵਰਗਾ ਇਤਿਹਾਸ ਦੁਨੀਆ ਦੇ ਕਿਸੇ ਕੌਮ ਨੇ ਨਾ ਲਿਖਿਆ ਅਤੇ ਨਾ ਕੋਈ ਲਿਖ ਸਕਦਾ ਹੈ। ਵਾਹ ਕਾਬਲੇ ਤਾਰੀਫ ਇਤਿਹਾਸ, ਖੂਨ ਦੀ ਸਿਆਹੀ ਬਣਾ ਕੇ ਆਪਣੇ ਜਿਸਮ ਦੀਆਂ ਹੱਡੀਆਂ ਦੀਆਂ ਕਲਮਾਂ ਬਣਾ ਕੇ ਸਿੱਖ ਇਤਿਹਾਸ ਨੂੰ ਲਿਖਣ ਵਾਲੀ ਇਹ ਮਰਜੀਵੜੀ ਕੌਮ ਜਿਹਨੇ ਸਿੱਖ ਇਤਿਹਾਸ ਦੇ ਅੰਦਰ ਐਸੇ ਪੰਨੇ ਸਿਰਜ ਦਿੱਤੇ ਨੇ, ਐਸੇ ਪੰਨੇ ਸਿਰਜ ਦਿੱਤੇ ਨੇ ਜਿਹਨਾਂ ਨੂੰ ਪੜ੍ਹ ਕੇ ਇੱਕ ਵਾਰੀ ਸਿਰ ਗੌਰਵ ਨਾਲ ਉੱਚਾ ਹੋ ਜਾਂਦਾ ਹੈ। ਕਹਿੰਦਾ ਜਿਵੇਂ ਇਤਿਹਾਸ ਨੂੰ ਸਿਰਜਣ ਦੇ ਅੰਦਰ ਇਹਨਾਂ ਨੇ ਕੋਈ ਅਣਗਹਿਲੀ ਨਹੀਂ ਕੀਤੀ, ਪਰ ਕਹਿੰਦਾ ਦੁੱਖ ਦੀ ਬਾਤ ਉਦੋਂ ਹੋਈ ਸਿਰਜਣ ਵਿੱਚ ਅਣਗਹਿਲੀ ਨਹੀਂ ਸਾਂਭਣ ਵਿੱਚ ਅਣਗਹਿਲੀ ਬੜੀ ਹੋਈ। ਇਤਿਹਾਸ ਨੂੰ ਸਾਂਭਣ ਵਿੱਚ ਅਣਗਹਿਲੀ ਬਹੁਤ ਹੋਈ, ਇਸ ਗੱਲ ਵਿੱਚ ਦੋ ਰਾਇਆ ਨਹੀਂ। ਜੇਕਰ ਇੱਕ ਈਸਾ ਜੀ ਸਤਿਕਾਰਯੋਗ ਨਹੀਂ ਆਪਣੇ ਧਰਮ ਦੀ ਖਾਤਰ ਧਰਮ ਦੇ ਵਾਸਤੇ ਸੂਲੀ 'ਤੇ ਚੜ੍ਹ ਜਾਂਦੇ ਨਹੀਂ, ਈਸਾਈ ਪਾਦਰੀ ਲੋਕ ਮਾਣ ਕਰਦੇ ਨੇ, ਅੱਜ ਦੁਨੀਆ ਦੇ ਅੰਦਰ ਝੰਡੇ ਚਲਾ ਦਿੱਤੇ ਨੇ, ਪਰ ਪਿਆਰ ਵਾਲਿਓ ਕਦੇ ਆਪਣੇ ਇਤਿਹਾਸ ਨੂੰ ਪੜ੍ਹ ਕੇ ਆਪਣੇ ਪਰਿਵਾਰਾਂ ਵੱਲ ਆਪਾਂ ਸਾਰੇ ਨਜ਼ਰ ਮਾਰਨ ਦਾ ਯਤਨ ਕਰੀਏ ਕਿ ਆਪਾਂ ਆਪਣੇ ਪਰਿਵਾਰ ਨੂੰ ਸਿੱਖ ਬਣਾ ਸਕੇ। ਅਸੀਂ ਤਾਂ ਆਪਣੇ ਘਰਾਂ ਵਿੱਚ ਵੀ ਪ੍ਰਚਾਰ ਨਹੀਂ ਕਰ ਸਕੇ ਸਿੱਖੀ ਦਾ, ਦੁੱਖ ਦੀ ਬਾਤ। ਹਬੀਬ ਸਾਹਿਬ ਕਹਿੰਦੇ ਇੱਥੇ ਮੈਨੂੰ ਦੁੱਖ ਹੈ, ਉੱਥੇ ਮੈਨੂੰ ਖੁਸ਼ੀ ਹੈ ਕਿ ਇਹਨਾਂ ਵਰਗਾ ਇਤਿਹਾਸ ਕੋਈ ਸਿੱਧ ਨਹੀਂ ਸਕਦਾ, ਉੱਥੇ ਮੈਨੂੰ ਦੁੱਖ ਹੈ ਇਹ ਇਤਿਹਾਸ ਸਾਂਭਣ ਦੇ ਅੰਦਰ ਅਣਗਹਿਲੀਆਂ ਕਰਦੇ ਰਹੇ। ਗੁਰੂ ਦੇ ਚਰਨਾਂ ਵਿੱਚ ਅਰਦਾਸ, ਆਓ ਆਪਣੀ ਵਿਰਾਸਤ ਨੂੰ ਸਾਂਭਣ ਵਾਸਤੇ ਵਿਰਾਸਤ ਦੇ ਵਾਰਸ ਬਣਨ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਵਾਹਿਗੁਰੂ।